एक बात, साडे देश च गौ माता की पूजा अर्चना की जाती है, गावां नूं माता का दर्जा दिता जाता है। बनाना जिला प्रशासन ते शहर निवासी की मदद नाल थां थां गौशाला भी खोलियां हुई हैं। पर जिला बनाना का एक पिंड मनाल जिथे बहुत वड्डी गौशाला है, तकरीबन 1400 गावां भी हैं। पर इत्थे गौ रक्षक अते समाज सेवियां ने आरोप लगाया है कि इस गौशाला च गावां का बहुत बुरा हाल है। इन्हां दे लई ना तां इत्थे कुछ खाण का प्रबंध है, ना ही पानी ते पीण का। दूजे पासे गौशाला च मरम्मत का काम चल रहा है, पर उस विच भी कपला है। गौ रक्षकों ने कहा है कि जेकर इस गौशाला का सही प्रबंध ना किया गया तो वह वड्डा संघर्ष करने लिए तैयार हो जाएंगे। ਅਸੀਂ ਤੁਹਾਨੂੰ ਹੋ ਗਏ ਐਂ ਮੰਨ ਕੇ 2 ਹਫ਼ਤੇ ਹੋ ਗਏ ਗੇੜੇ ਮਾਰਦਿਆਂ ਨੂੰ। ਇੱਥੇ ਨਾ ਕੋਈ ਸਫਾਈ ਹੋ ਰਹੀ ਸੀ ਪਹਿਲਾਂ, ਵਾਰ ਵਾਰ ਕਹਿਣ 'ਤੇ ADC ਸਾਹਿਬ ਨੂੰ ਸਫਾਈ ਹੋਣੀ ਸ਼ੁਰੂ ਹੋਈ ਆ ਅੱਜ, ਅਤੇ ਪਿੱਛੇ ਅਸੀਂ 5-4 ਦਿਨ ਹੋ ਗਏ ਦੇਖਿਆ ਹੀ, ਉੱਥੇ ਹੱਡਾ ਰੋੜੀ ਬਣੀ ਹੋਈ ਸੀ। ਅਸੀਂ ਸੋਚਿਆ ਪਲੈਨ ਬਣਾਇਆ ਕਿ ਅਸੀਂ ਮੀਡੀਆ ਨੂੰ ਨਾਲ ਲੈ ਕੇ ਚੱਲੀਏ ਕਿ ਦਿਖਾਈਏ ਕਿ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਰਾਤੋਂ ਰਾਤ ਸਫਾਈ ਕਰਾਤੀ ਹੱਡਾ ਰੋੜੀ ਦੀ, ਇੱਥੋਂ ਚੁਕਾਤਾ, ਅਤੇ ਨਾ ਹੀ ਇੱਥੇ ਕੋਈ ਚਾਰਾ ਆ ਰਿਹਾ ਜੀ। ਜੇ ਦੇਖਿਆ ਜਾਵੇ ਖੁਰਲੀਆਂ ਆ ਰਹੀਆਂ ਖਾਲੀ ਪਈਆਂ, ਇਕੱਲੀ ਤੂੜੀ ਖਵਾ ਰਹੇ ਨੇ, ਨਾ ਇਹਨਾਂ ਕੋਈ ਦੇਖਭਾਲ ਹੈਗੀ ਗਊਆਂ ਦੀ। ਜੇ ਕਰ ਵੀ ਰਹੇ ਨੇ, ਇੱਕੋ ਹੀ ਡਾਕਟਰ ਜੀ, ਸਾਰੇ 10 ਬੰਦੇ ਨੇ ਇਹਨਾਂ ਕੋਲ, ਜਿਹੜੇ 8 ਸੁਬਾਹ ਹੁੰਦੇ ਨੇ 2 ਸ਼ਾਮ ਨੂੰ ਹੁੰਦੇ ਨੇ। ਦੇਖੋ 1300 ਗਊਆਂ, 2 ਬੰਦਿਆਂ ਨੂੰ ਕਿਵੇਂ ਸਾਂਭੀ ਜਾਣਗੀਆਂ, ਕਿ ਗਊਆਂ ਇੰਨੀਆਂ ਨੇ ਕਿ ਬੰਦੇ ਸਾਰੇ 2 ਹੁੰਦੇ ਨੇ ਰਾਤ ਨੂੰ, ਮਗਰੋਂ ਕੁੱਤੇ ਬੜੀ ਆ ਰਹੇ ਨੇ। ਕੀ ਹਾਲਤ ਆ ਜਾਨਵਰਾਂ ਦੀ? ਜਾਨਵਰਾਂ ਦੀ ਹਾਲਤ ਬਹੁਤ ਮਾੜੀ ਹੈ ਜੀ। ਮੈਂ ਜਦੋਂ ਵੀ ਇਸ ਗਊਸ਼ਾਲਾ ਤੋਂ ਆ ਰਿਹਾ, ਮੈਂ ਦੇਖ ਰਿਹਾ ਕਿ ਇੱਥੇ ਕੋਈ ਵੀ ਚੀਜ਼ ਦਾ ਕਿਸੇ ਵੀ ਤਰ੍ਹਾਂ ਦਾ ਸਿਸਟਮ ਹੀ ਨਹੀਂ ਹੈ। ਪਹਿਲੀ ਗੱਲ ਤਾਂ ਅਗਰ ਆਪਾਂ ਇੱਟਾਂ ਦੀ ਗੱਲ ਕਰੀਏ, ਇੱਟਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਇੱਟਾਂ ਦਾ, ਮਤਲਬ ਕਿ ਪਿਲੀ ਇੱਟ ਯੂਜ਼ ਹੋ ਰਹੀ ਹੈ, ਕੱਚੀ ਇੱਟ ਯੂਜ਼ ਹੋ ਰਹੀ ਹੈ, ਜਿਹੜੀ ਹੱਥ ਨਾਲ ਹੀ ਭੁਰੀ ਜਾ ਰਹੀ ਹੈ, ਟੁੱਟੀ ਜਾ ਰਹੀ ਹੈ। ਅਸੀਂ ਇੱਟਾਂ ਨੂੰ ਕਹਿ ਕੇ ਆਪਦੇ ਵੱਲੋਂ ਜਦੋਂ ਇੱਟਾਂ ਮੰਗਵਾਈਆਂ ਤਾਂ ਉਹ ਵੀ ਨਹੀਂ ਇੱਟ ਯੂਜ਼ ਕਰ ਰਹੇ, ਇਹ ਫਿਰ ਪੁਰਾਣੀ ਇੱਟ ਲਗਾਈ ਜਾ ਰਹੇ ਨੇ, ਯੂਜ਼ ਕਰੀ ਜਾ ਰਹੇ ਨੇ, ਜੋ ਕਿ ਕਦੋਂ ਵੀ ਢਹਿ ਸਕਦੀ ਹੈ, ਡਿੱਗ ਸਕਦੀ ਹੈ। ਤਾਂ ਮੇਰੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਅਗਰ ਕੋਈ ਵੀ ਕੰਮ ਕਰ ਰਹੇ ਹੋ, ਚਾਹੇ ਇੱਟਾਂ ਦਾ ਕਰ ਰਹੇ ਹੋ ਜਾਂ ਕੁਛ ਵੀ ਕਰ ਰਹੇ ਹੋ, ਤਾਂ ਉਸ ਕੰਮ ਨੂੰ ਸਿਸਟਮੈਟਿਕਲੀ ਕੀਤਾ ਜਾਵੇ, ਸਹੀ ਤਰੀਕੇ ਨਾਲ ਕੀਤਾ ਜਾ ਕੇ ਜਾਵੇ, ਤਾਂ ਕਿ ਜਨਤਾ ਨੂੰ ਵੀ ਅਤੇ ਪਸ਼ੂਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। ਇਸ ਸਾਰੀ ਸਮੱਸਿਆਵਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਨਾਲਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਮਨਾਲ ਦੀ ਗੌਸ਼ਾਲਾ ਦੀ ਤੁਰੰਤ ਜਾਂਚ ਹੋਵੇਗੀ। ਜਿਵੇਂ ਕਿ ਪਤਾ ਚੱਲਿਆ ਹੈ ਕਿ ਉੱਥੇ ਘਟੀਆ ਮਟੀਰੀਅਲ ਲਗਾਇਆ ਜਾ ਰਿਹਾ ਹੈ, ਗਾਂ ਦੇ ਲਈ ਨਾ ਤਾਂ ਕੁਛ ਖਾਣ ਦਾ ਪ੍ਰਬੰਧ ਹੈ, ਨਾ ਹੀ ਪਾਣੀ ਦੇ ਪੀਣ ਦਾ। ਇਹਨਾਂ ਸਾਰੀ ਸਮੱਸਿਆਵਾਂ ਨੂੰ ADC ਦੀ ਡਿਊਟੀ ਲਗਾਈ ਗਈ ਹੈ, ਜਲਦੀ ਸਾਰੇ ਪ੍ਰਬੰਧ ਸਹੀ ਕਰਕੇ ਜੋ ਦੋਸ਼ੀ ਪਾਇਆ ਜਾਏਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਅਸੀਂ ਐਨੀਮਲਸ ਇਸ ਟਾਈਮ 1400 ਪਸ਼ੂ ਨੇ, ਅਸੀਂ ਨਰੇਗਾ ਦੇ ਫੰਡਸ 'ਚੋਂ 3 ਸ਼ੈੱਡ ਉੱਥੇ ਹੋਰ ਬਣਾ ਰਹੇ ਹਾਂ। ਜੈਸੇ ਤੁਸੀਂ ਕਹਿ ਰਹੇ ਹੋ ਵੀ ਕੋਈ ਕੰਸਟਰਕਸ਼ਨ ਦੇ ਵਿੱਚ ਵਧੀਆ ਮਟੀਰੀਅਲ ਨਹੀਂ ਯੂਜ਼ ਕੀਤਾ ਜਾ ਰਿਹਾ, ਤਾਂ ਮੈਂ ਅੱਜ ADC D ਦੀ ਹੀ ਡਿਊਟੀ ਲਗਾਈ ਹੈ। ਅੱਜ ਹੀ ਉਹ ਜਾਣਗੇ ਉੱਥੇ, ਅਤੇ ਇਹ ਵੀ ਦੇਖਣਗੇ ਵੀ ਕੰਸਟਰਕਸ਼ਨ ਮਟੀਰੀਅਲ ਕਿੱਦਾਂ ਯੂਜ਼ ਕੀਤਾ ਜਾ ਰਿਹਾ, ਅਤੇ ਹੋਰ ਐਨੀਮਲ ਦੀ ਵੀ ਜੇਕਰ ਕੋਈ ਡੈਡ ਐਨੀਮਲ ਡਿਸਪੋਜ਼ਲ ਦੇ ਵਿੱਚ ਵੀ ਕੋਈ ਦਿੱਕਤ ਪੇਸ਼ ਆ ਰਹੀ ਹੈ, ਅਤੇ ਉਹ ਵੀ ਅੱਜ ਹੀ ਰਿਜ਼ੋਲਵ ਕਰਕੇ ਆਏਗੇ। ਅਤੇ ਇਹਦੀ ਬੈਟਰ ਮੈਨੇਜਮੈਂਟ ਲਈ ਅਸੀਂ ਪਿਛਲੇ ਹਫ਼ਤੇ ਇੱਕ MBA ਮੈਨੇਜਰ ਵੀ ਰੱਖ ਲਿਆ ਹੈ, ਤਾਂ ਕਿ ਜਿਹੜੀ ਹੈਗੀ ਡੇ ਟੂ ਡੇ ਇਸ ਤਰੀਕੇ ਦੀ ਹੋਰ ਕੋਈ ਪ੍ਰੋਬਲਮ ਭਵਿੱਖ ਵਿੱਚ ਨਾ ਆਵੇ। ਬਨਾਲਾ ਤੋਂ ਪ੍ਰਵੀਨ ਜੁਸ਼ੀ ਦੀ ਰਿਪੋਰਟ, ਚੈਨਲ 2।